ਹਾਏ ਸਤਿ ਸ਼੍ਰੀ ਅਕਾਲ ਅਤੇ ਮੈਂ ਕਪਿਲ ਤੁਹਾਡਾ ਸਭ ਦਾ ਸਵਾਗਤ ਕਰਨਾ ਹਾਂ ਸਾਂਝਾ ਚੂਲਾ ਐਟ ਸੰਜੀਵ ਕਪੂਰ ਖਜ਼ਾਨਾ 'ਚ ਅਤੇ ਅੱਜ ਜਿਹੜੀ ਰੈਸਿਪੀ ਆਪਾਂ ਬਣਾਉਣ ਵਾਲੇ ਹਾਂ ਤੁਹਾਡੇ ਲਈ ਉਹ ਬਹੁਤ ਹੀ ਜ਼ਿਆਦਾ ਫੇਮਸ ਹੈ ਅਤੇ ਜਿਹਦਾ ਨਾਂ ਹੈ ਵਿਆਹ ਦੇ ਆਲੂ ਗੋਭੀ ਅਤੇ ਵਿਆਹ ਦੇ ਆਲੂ ਗੋਭੀ ਦੀ ਜਿਹੜੀ ਸਬਜ਼ੀ ਹੁੰਦੀ ਹੈ ਉਹਦੇ ਵਿੱਚ ਆਲੂ ਅਤੇ ਗੋਭੀ ਦੋਨੋਂ ਆਪਾਂ ਸ਼ੈਲੋ ਫਰਾਈ ਕਰੀਦਾ ਹੈ ਅਤੇ ਦੋਨਾਂ ਨੂੰ ਸਾਥ ਨਹੀਂ ਆਪਾਂ ਫਰਾਈ ਕਰਾਂਗੇ ਕਿਉਂਕਿ ਗੋਭੀ ਦਾ ਫਰਾਈਂਗ ਟਾਈਮ ਕੁਛ ਹੋਰ ਹੈ ਅਤੇ ਆਲੂ ਦਾ ਕੁਛ ਹੋਰ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਆਲੂ ਫਰਾਈ ਕਰਨ ਲੱਗੇ ਹਾਂ ਅਤੇ ਆਲੂ ਫਰਾਈ ਕਰਨ ਲਈ ਮੈਂ ਪਹਿਲੇ ਪੈਨ ਦੇ ਵਿੱਚ ਥੋੜ੍ਹਾ ਜਿਹਾ ਤੇਲ ਪਾ ਲਾਂਗਾ ਤੇਲ ਮਾੜਾ ਜਿਹਾ ਗਰਮ ਹੋ ਜਾਵੇ ਅਤੇ ਬਾਅਦ 'ਚ ਮੈਂ ਇਹਦੇ ਵਿੱਚ ਇਹ ਕੱਟੇ ਹੋਏ ਮੇਰੇ ਕੋਲ ਆਲੂ ਪਏ ਨੇ ਉਹ ਪਾ ਦਾਂਗਾ ਅਤੇ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗਾ 2 ਤੋਂ 3 ਮਿੰਟਾਂ ਲਈ ਤਦ ਤੱਕ ਜਦ ਤੱਕ ਹਲਕੇ ਹਲਕੇ ਗੋਲਡਨ ਕ੍ਰਿਸਪੀ ਬਰਾਊਨ ਨਹੀਂ ਹੋ ਜਾਂਦੇ ਅਤੇ ਪੂਰੇ ਪਕਾਉਣੇ ਨਹੀਂ ਹੈ ਕਿਉਂਕਿ ਆਲੂਆਂ ਦਾ ਜਿਹੜਾ ਪੱਕਣੇ ਦਾ ਟਾਈਮ ਹੈਗਾ ਉਹ ਹੈਗਾ ਗ੍ਰੇਵੀ ਦੇ ਅੰਦਰ ਅਤੇ ਹੁਣ ਆਲੂ ਸੋਹਣੀ ਤਰ੍ਹਾਂ ਗੋਲਡਨ ਗੋਲਡਨ ਹੋ ਗਏ ਨੇ ਗੋਲਡਨ ਚਿੱਟੀ ਆ ਗਈ ਹੈ ਅਤੇ ਬਸ ਇੰਨਾ ਕੁ ਹੀ ਫਰਾਈ ਕਰਨਾ ਮੈਂ ਕਿਚਨ ਟਾਲ ਦੇ ਉੱਤੇ ਕੱਢ ਲੈਣਾ ਆਲੂਆਂ ਨੂੰ ਅਤੇ ਹੁਣ ਮੈਂ ਫਰਾਈ ਕਰਨ ਲੱਗਾ ਇਹਦੇ ਵਿੱਚ ਗੋਭੀ ਅਤੇ ਗੋਭੀ ਫਰਾਈ ਕਰਨ ਲਈ ਮੈਂ ਮਾੜਾ ਕੁ ਜਿਹਾ ਤੇਲ ਪਾ ਲਾਂਗਾ ਅਤੇ ਫਿਰ ਇਹ ਗਈ ਮੇਰੀ ਗੋਭੀ ਦੇ ਫੁੱਲ ਅਤੇ ਫਰਾਈ ਕਰਦੇ ਵੇਲੇ ਥੋੜ੍ਹਾ ਕੁ ਜਿਹਾ ਮੈਂ ਪਾ ਦੇਣਾ ਇਹਦੇ ਅੰਦਰ ਨਮਕ ਅਤੇ ਗੋਭੀ ਨੂੰ ਵੀ ਮੈਂ ਸ਼ੈਲੋ ਫਰਾਈ ਕਰਨ ਲੱਗਾ ਇੱਥੇ ਤਦ ਤੱਕ ਜਦ ਤੱਕ ਸੁਨਹਿਰੀ ਗੋਲਡਨ ਬਰਾਊਨ ਕਲਰ ਦੀ ਨਹੀਂ ਹੋ ਜਾਂਦੀ ਅਤੇ ਗੋਭੀ ਵੀ ਹੁਣ ਚੰਗੀ ਤਰ੍ਹਾਂ ਫਰਾਈ ਹੋ ਗਈ ਹੈ ਅਤੇ ਮੈਂ ਇਹਨੂੰ ਵੀ ਕੱਢ ਲਾਂਗਾ ਗੈਸ ਕਰ ਦਾਂਗਾ ਬੰਦ ਅਤੇ ਹੁਣ ਆਉਣੇ ਆਪਣੇ ਨੈਕਸਟ ਸਟੈਪ ਦੇ ਉੱਤੇ ਆਲੂ ਗੋਭੀ ਹੋ ਚੁੱਕੀ ਹੈ ਫਰਾਈ ਅਤੇ ਆਪਾਂ ਹੁਣ ਉਹਦੀ ਸਬਜ਼ੀ ਬਣਾਉਣ ਚੱਲੇ ਹਾਂ ਅਤੇ ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਪੈਨ ਦੇ ਅੰਦਰ ਮੈਂ ਲਿਆਂਗਾ ਥੋੜ੍ਹਾ ਕੁ ਜਿਹਾ ਤੇਲ ਜੇ ਤੁਸੀਂ ਚਾਹੋ ਤਾਂ ਦੇਸੀ ਘਿਓ ਦਾ ਵੀ ਇਸਤੇਮਾਲ ਤੁਸੀਂ ਕਰ ਸਕਦੇ ਹੋ ਅਤੇ ਬਸ ਤੇਲ ਪਾਤਾ ਹੈ ਤੇਲ ਦੇ ਵਿੱਚ ਹੁਣ ਮੈਂ ਪਾਉਣ ਲੱਗਾ ਜ਼ੀਰਾ ਅਤੇ ਜ਼ੀਰਾ ਸਾਡਾ ਭੁੱਜ ਗਿਆ ਹੈ ਮੈਂ ਉਹਦੇ ਬਾਅਦ ਇਹਦੇ ਵਿੱਚ ਪਾ ਦਾਂਗਾ ਕੱਟੇ ਹੋਏ ਪਿਆਜ਼ ਅਤੇ ਵਿੱਚ ਇਹਦੇ ਇੱਕ ਚੁਟਕੀ ਨਮਕ ਅਤੇ ਆਪਾਂ ਹੁਣ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਤਦ ਤੱਕ ਜਦ ਤੱਕ ਇਹ ਨਾਈਸ ਗੋਲਡਨ ਬਰਾਊਨ ਨਹੀਂ ਹੋ ਜਾਂਦੇ ਲੱਗਣੇ ਆ ਸਾਨੂੰ 1 ਤੋਂ 2 ਮਿੰਟ ਸਾਡੇ ਪਿਆਜ਼ ਸੋਹਣੀ ਤਰ੍ਹਾਂ ਭੁੱਜ ਗਏ ਨੇ ਅਤੇ ਹੁਣ ਮੈਂ ਇਹਦੇ ਵਿੱਚ ਮਸਾਲੇ ਪਾਉਣ ਲੱਗਾ ਅਤੇ ਸਭ ਤੋਂ ਪਹਿਲਾਂ ਨਮਕ ਹਿਸਾਬ ਦੇ ਨਾਲ ਅਤੇ ਉਹਦੇ ਬਾਅਦ ਲਾਲ ਮਿਰਚ ਦਾ ਪਾਊਡਰ ਹਲਦੀ ਧਨੀਏ ਦਾ ਪਾਊਡਰ ਅਤੇ ਉਹਦੇ ਨਾਲ ਹੀ ਮੈਂ ਇਹਦੇ ਵਿੱਚ ਪਾ ਦਾਂਗਾ ਜਿੰਜਰ ਗਾਰਲਿਕ ਦਾ ਪੇਸਟ ਯਾਨੀ ਅਦਰਕ ਲਸਣ ਦਾ ਪੇਸਟ ਹੁਣ ਸਾਰੇ ਮਸਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਾਂਗਾ ਪਿਆਜ਼ ਦੇ ਨਾਲ ਅਤੇ ਵਿੱਚ ਮੈਂ ਪਾ ਦਾਂਗਾ ਬਿਲਕੁਲ ਥੋੜ੍ਹਾ ਕੁ ਜਿਹਾ ਪਾਣੀ ਬਸ ਅਤੇ ਹੁਣ ਇਹਦੇ ਵਿੱਚ ਜਾਣਗੀ ਇਹ ਹੈਗੀ ਫਰੈਸ਼ ਟਮਾਟਰ ਦੀ ਪਿਊਰੇ ਬਣਾ ਕੇ ਰੱਖੀ ਹੈ ਮੈਂ ਗ੍ਰਾਈਂਡਰ ਦੇ ਵਿੱਚ ਅਤੇ ਇਹ ਮੈਂ ਪਾ ਦਾਂਗਾ ਤੁਸੀਂ 3 ਤੋਂ 4 ਟਮਾਟਰ ਲੈ ਲੈਣਾ ਕਿਉਂਕਿ ਜਿਹੜੇ ਵਿਆਹ ਦੇ ਆਲੂ ਗੋਭੀ ਹੁੰਦੇ ਨੇ ਅਤੇ ਆਲੂ ਅਤੇ ਗੋਭੀ 'ਤੇ ਫਰਾਈ ਹੁੰਦੀ ਹੈ ਅਤੇ ਉਹਦੇ ਨਾਲ ਜਿਹੜੀ ਸਬਜ਼ੀ ਦਾ ਮੇਨ ਫਲੇਵਰ ਹੁੰਦਾ ਉਹ ਹੁੰਦਾ ਟਮਾਟਰ ਦਾ ਅਤੇ ਟਮੈਟੋ ਦੀ ਗ੍ਰੇਵੀ ਜਿਹੜੀ ਹੋਣੀ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਵਾਧੂ ਤੁਸੀਂ ਰੱਖਣਾ ਅਤੇ ਬਸ ਹੁਣ ਮੈਂ ਟਮਾਟਰ ਪਾ ਤੇ ਅਤੇ ਫਿਰ ਮੈਂ ਹੁਣ ਕੀ ਕਰਾਂਗਾ ਇਹਨੂੰ ਛੱਡ ਦਾਂਗਾ 3 ਤੋਂ 4 ਮਿੰਟਾਂ ਲਈ ਇਹ ਪੱਕਦਾ ਰਹੇਗਾ ਧੀਮੀ ਆਂਚ 'ਤੇ ਤਦ ਤੱਕ ਜਦ ਤੱਕ ਇਹਦੇ ਉੱਤੇ ਤੇਲ ਨਹੀਂ ਆ ਜਾਂਦਾ ਤੜਕਾ ਹੁਣ ਪੁੱਜ ਗਿਆ ਉੱਤੇ ਤੇਲ ਆ ਗਿਆ ਅਤੇ ਫਿਰ ਆਪਾਂ ਕੀ ਕਰਨਗੇ ਜਿਹੜੀ ਆਲੂ ਅਤੇ ਗੋਭੀ ਮੈਂ ਫਰਾਈ ਕਰਕੇ ਰੱਖੀ ਸੀ ਉਹ ਮੈਂ ਪਾ ਦਾਂਗਾ ਤੜਕੇ ਦੇ ਵਿੱਚ ਅਤੇ ਹੁਣ ਤੜਕੇ ਦੇ ਨਾਲ ਮੈਂ ਆਲੂ ਅਤੇ ਗੋਭੀ ਨੂੰ ਕਰ ਲਾਂਗਾ ਮਿਕਸ ਚੰਗੀ ਤਰ੍ਹਾਂ ਬਹੁਤ ਹੀ ਸੋਹਣੀ ਹੈ ਲੱਗ ਰਹੀ ਹੈ ਸਬਜ਼ੀ ਇਹਦਾ ਰੰਗ ਬਹੁਤ ਸੋਹਣਾ ਆਇਆ ਅਤੇ ਹੁਣ ਆਪਾਂ ਕੀ ਕਰਾਂਗੇ ਆਲੂ ਅਤੇ ਗੋਭੀ ਅੱਧੇ ਫਰਾਈ ਹੋ ਚੁੱਕੇ ਨੇ ਅਤੇ 10 ਮਿੰਟ ਲੱਗਣਗੇ 10 ਤੋਂ 15 ਮਿੰਟ ਲੱਗਣਗੇ ਇਹਨਾਂ ਨੂੰ ਚੰਗੀ ਤਰ੍ਹਾਂ ਗਲਣ ਲਈ ਅਤੇ ਮੈਂ ਕੀ ਕਰਾਂਗਾ ਇਹਨੂੰ ਢੱਕ ਕੇ ਅਤੇ ਆਹ ਢੱਕਣ ਤੋਂ ਪਹਿਲਾਂ ਕੋਈ ਵੀ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਕਿਉਂਕਿ ਵਿਆਹ ਦੇ ਜਿਹੜੇ ਆਲੂ ਗੋਭੀ ਹੁੰਦੇ ਨੇ ਉਹ ਥੋੜ੍ਹੇ ਥੋੜ੍ਹੇ ਡਰਾਈ ਹੁੰਦੇ ਨੇ ਕਿਉਂਕਿ ਇਹ ਆਲਰੇਡੀ ਫਰਾਈਡ ਹੈ ਤਾਂ ਉਹਦਾ ਜਿਹੜਾ ਜ਼ਾਇਕਾ ਹੈ ਜਿਹੜੇ ਕ੍ਰਿਸਪੀ ਪਾਣੇ ਜੇ ਤੁਸੀਂ ਪਾਣੀ ਪਾ ਦੋਗੇ ਉਹ ਚਲਾ ਜਾਏਗਾ ਅਤੇ ਪਾਣੀ ਨਹੀਂ ਪਾਉਣਾ ਹੁਣ ਮੈਂ ਇਹਨੂੰ ਢੱਕ ਦਾਂਗਾ ਅਤੇ ਟਾਕੇ ਨੂੰ ਪਕਾਉਣ ਲੱਗਾ 10 ਤੋਂ 15 ਮਿੰਟ ਦੇ ਲਈ
बहुत सोहनी खुशबू आती पई है। तो आलू गोभी पक के हो गई है, बिल्कुल तैयार। तुम वेख सकते हो यदा कलर भी थोड़ा डार्क हो गया है बस, तो पानी बिल्कुल नहीं है, बिल्कुल ड्राई ड्राई आलू गोभी करारी जी बनी है ब्याह वाली। तो यदा फ्लेवर हूँ और थोड़ा जहा बताते हैं कि थोड़ा का जहा मैं ये पा दाँगा गर्म मसाला। ये गया गर्म मसाला, तो होर ये बाद मैं पाउन लगा इतने चाट मसाला और चटपटा फ्लेवर आप दे देंगे। तो मैं क्विकली हूँ इनू टॉस कर देना, मिक्स कर देना, तो गैस हूँ आप बंद कर देना। तो साढ़े ब्याह वाले आलू गोभी बन के हो गए ने बिल्कुल तैयार, हूँ आप इनू सर्व कर देना। गार्निश कर देना मैं हरे धनिए दे नाल। तो साढ़े ब्याह वाले चटपटे आलू गोभी बन के हो गए ने बिल्कुल तैयार। तुम बनाओ करे साढ़े नाल फीडबैक शेयर करो, जे तुहानू मेरा अंदाज, मेरा बोलन का अंदाज, मेरे सब्जी बनाने का अंदाज तुहानू पसंद आ रहा हो, तो मेरी वीडियोज़ में लाइक करो, तो कमेंट करो, ज़्यादा से ज़्यादा शेयर करो, तो उहदे नाल साढ़े चैनल संजीव कपूर खजाना सबसक्राइब करो। तो एक बार फिर मैं तुहाडे लेकर आना होर रेसिपी, तब तक फ्रॉम कपिल जी आया, सत श्री अकाल एंड गुड बाय।